ਪੰਜਾਬ ਸਰਕਾਰ ਵੱਲੋਂ ਵੀਕਐਂਡ ਲਾਕਡਾਊਨ ਤੋਂ ਬਾਅਦ ਕੋਰੋਨਾ ਵਾਇਰਸ ਨੂੰ ਰੋਕਣ ਲਈ ਨਵੀਆਂ ਗਾਈਡਲਾਈਨਸ ਜਾਰੀ ਕੀਤੀਆਂ ਗਈਆਂ ਹਨ। ਅੱਜ ਜੰਡਿਆਲਾ ਗੁਰੂ ਸ਼ਹਿਰ ਵਿੱਚ ਦੁਕਾਨਾਂ ਖੱਬੇ ਤੇ ਸੱਜੇ ਸਿਸਟਮ ਵਿੱਚ ਖੁੱਲ੍ਹੀਆਂ ਸੀ। ਪੁਲਿਸ ਪ੍ਰਸ਼ਾਸਨ ਵੱਲੋਂ ਇੱਕ ਵਾਰੀ ਇੱਕ ਸਾਈਡ ਦੀਆਂ ਦੁਕਾਨਾਂ ਬੰਦ ਕਰਵਾ ਦਿੱਤੀਆਂ ਗਈਆਂ ਸਨ, ਪਰ ਥੋੜੀ ਦੇਰ ਬਾਅਦ ਦੁਕਾਨ ਮਾਲਕਾਂ ਵੱਲੋਂ ਦੁਕਾਨਾਂ ਖੋਲ੍ਹ ਲਈਆਂ ਗਈਆਂ। ਮੀਡੀਆ ਵੱਲੋਂ ਦੁਕਾਨ ਮਾਲਕਾਂ ਨਾਲ ਗੱਲਬਾਤ ਕੀਤੀ। ਉਹਨਾਂ ਨੇ ਕਿਹਾ ਕਿ ਅਸੀਂ ਪੰਜਾਬ ਸਰਕਾਰ ਦੇ ਹੁਕਮਾਂ ਦੀ ਪਾਲਣਾ ਕਰਦੇ ਹਾਂ, ਪਰ ਦੁਕਾਨਦਾਰ ਪਹਿਲਾਂ ਹੀ ਕਾਫੀ ਕਰਜ਼ਾਈ ਹੋ ਚੁੱਕੇ ਹਨ, ਦੁਕਾਨਾਂ ਦੇ ਖਰਚੇ ਵੀ ਪੂਰੇ ਨਹੀਂ ਹੁੰਦੇ। ਇਸ ਨਵੀਆਂ ਪੰਜਾਬ ਸਰਕਾਰ ਦੀਆਂ ਦਿੱਤੀਆਂ ਗਾਈਡਲਾਈਨ ਸਾਨੂੰ ਮਨਜ਼ੂਰ ਨਹੀਂ। ਜਿੰਨੇ ਦਿਨ ਵੀ ਬਾਜ਼ਾਰ ਖੁੱਲਣ, ਸਾਰਾ ਖੁੱਲਣਾ ਚਾਹੀਦਾ ਹੈ। ਵੇਖੋ ਜੀ, ਮੈਂ ਇਹਦੇ ਬਾਰੇ ਕਹਿਣਾ ਚਾਹੁੰਦਾ ਵਾਂ, ਜੇ ਬੰਦ ਕਰਨਾ ਸਾਰਾ ਜਾਣ ਕੇ ਬੰਦ ਕਰੇ ਇੱਕ ਤਰਫਾ, ਕਿਉਂਕਿ ਹਰ ਇੱਕ ਬੰਦਾ ਬਹੁਤ ਪਰੇਸ਼ਾਨ ਆ ਤੇ ਹਰ ਇੱਕ ਬੰਦੇ ਦੀ ਦੁਕਾਨਦਾਰੀ ਜਾਣ ਕੇ ਬਹੁਤ ਜ਼ਿਆਦਾ ਖਰਾਬ ਹੋਊਗੀ ਇਦਾਂ, ਕਿਉਂਕਿ ਜੇ ਕਸਟਮਰ ਉਹਦੇ ਚਾਰ ਗਾਹਕ ਆਉਂਦੇ ਆ, ਜੇ ਇੱਕ ਗਾਹਕ ਆਉਂਦਾ ਵਾ, ਜੇ ਦੂਜੀ ਦੁਕਾਨ ਤੇ ਚੱਲ ਗਿਆ, ਮਤਲਬ ਦੂਜੀ ਦੁਕਾਨਦਾਰੀ ਖਰਾਬ ਹੋਈ, ਜੇ ਬੰਦ ਕਰਨਾ ਸਾਰਾ ਕਰਾਨ, ਪੰਜਾਬ ਸਰਕਾਰ ਕਹਿੰਦਾ ਸਾਰਾ ਬੰਦ ਕਰਾਨ। ਬਾਜ਼ਾਰ ਸਾਰਾ ਖੁੱਲ੍ਹਾ, ਪੁਲਿਸ ਵਾਲੇ ਕਹਿ ਗਏ ਵੀ ਗੈਸ ਦਾ ਬਾਜ਼ਾਰ ਬੰਦ ਕਰ ਦਿਓ, ਲੇਕਿਨ ਲੋਕਾਂ ਨੇ ਹੱਥ ਜੋੜ ਕੇ ਇਹੋ ਅਪੀਲ ਕੀਤੀ ਹੈ ਕਿ ਭਾਈ ਅਸੀਂ ਬੜੇ ਤੰਗ ਆ, ਅਸੀਂ ਨਹੀਂ ਬੰਦ ਕਰ ਸਕਦੇ, ਸਾਡੀ ਹੱਥ ਜੋੜ ਕੇ ਸਰਕਾਰ ਨੂੰ ਗੁਜ਼ਾਰਿਸ਼ ਕਰੋ ਵੀ ਕਸਬਿਆਂ ਨੂੰ ਬਖਸ਼ਿਆ ਜਾਵੇ, ਅਤੇ ਇਸ ਕਰਕੇ ਸਾਡੀ ਸਾਰੇ ਦੁਕਾਨਦਾਰ ਭਰਾਵਾਂ ਵੱਲੋਂ ਇਹੋ ਬੇਨਤੀ ਆ ਕਿ ਸਾਨੂੰ ਕਸਬਿਆਂ ਨੂੰ ਦੁਕਾਨਾਂ ਖੋਲ੍ਹਣ ਦੀ ਆਗਿਆ ਦਿੱਤੀ ਜਾਵੇ ਅਤੇ ਸਾਡਾ ਗੁਜ਼ਾਰਾ ਪਾਣੀ ਚੱਲਦਾ ਰਹੇ। ਦੇਖੋ, ਦੁਕਾਨਾਂ ਦੇ ਅੱਗੇ ਖਰਚੇ ਨਹੀਂ ਪੂਰੇ ਹੁੰਦੇ, ਗਾਹਕ ਦੇ ਅੱਗੇ ਘੱਟ ਹੈਗੇ ਆ, ਲੋਕਾਂ ਕਾਰੋਬਾਰ ਠੱਪ ਹੋਏ ਪਏ ਆ, ਥੋੜਾ ਬਹੁਤਾ ਜੇ ਦੁਕਾਨਦਾਰੀ ਖੁੱਲਦੀ ਆ ਤੇ ਉਹ ਵੀ ਬੰਦ ਕਰਾ ਦੇ, ਅਸੀਂ ਕਿੱਥੇ ਗੁਜ਼ਾਰੇ ਕਰਾਂਗੇ, ਅਸੀਂ ਕਰਕੇ ਕੀ ਕਹੀਏ, ਕਿੱਦਾਂ ਗੁਜ਼ਾਰਾ ਕਰਾਂਗੇ, ਬੱਚੇ ਪੜ੍ਹਦੇ ਆ, ਉਹਨੇ ਪੜ੍ਹਾਈਆਂ ਚਾਹੀਦੇ, ਪੈਸੇ ਚਾਹੀਦੇ, ਫੀਸਾਂ ਨਹੀਂ ਮਾਲ ਹੈਗੀਆਂ, ਖਰਚੇ ਨਹੀਂ ਮਾਲ ਹੈਗੇ, ਕਿੱਥੋਂ ਬਾਜ਼ਾਰ ਖੁੱਲ੍ਹੇ ਆ। ਭਾਜੀ, ਸਾਰਾ ਬਾਜ਼ਾਰ ਖੁੱਲ੍ਹਣਾ ਚਾਹੀਦਾ ਵਾ, ਹਰ ਇੱਕ ਬੰਦੇ ਦੀ ਮਜਬੂਰੀ ਆ ਕਿ ਅਸੀਂ ਘਰ ਬਹਿ ਕੇ ਦੋ ਦਿਨ ਘਰ ਬੈਠੇ ਹਾਂ, ਸ਼ਨਿਚਰ ਰਾਤ ਬੈਠੇ ਹਾਂ, ਸਾਡਾ ਲੱਕ ਥੱਕ ਗਿਆ ਬਹਿ ਬਹਿ ਕੇ, ਆਟਾ ਸਾਡਾ ਗਰਮ ਹੋ ਗਿਆ ਵਾ, ਜੇ ਅੱਜ ਖੁੱਲ੍ਹੀਆਂ ਵਾ ਕਿ ਅੱਜ ਫਿਰ ਬੰਦ ਕਰ ਦਿਓ, ਉਹਦਾ ਸਾਨੂੰ ਫਾਇਦਾ ਕੀ ਆਉਣਾ ਵਾ, ਤੁਸੀਂ ਸਾਰਾ ਬਾਜ਼ਾਰ ਖੋਲ੍ਹਣ ਦਿਓ, ਜੇ ਕਰਨਾ ਵਾ ਤਾਂ 3 ਮਹੀਨੇ ਭਾਵੇਂ ਬੰਦ ਕਰ ਦਿਓ, ਅਸੀਂ ਘਰ ਬਹਿ ਜਾਵਾਂਗੇ। ਡੀਐਸਪੀ ਸੁਖਵਿੰਦਰਪਾਲ ਸਿੰਘ ਨੇ ਫੋਨ ਤੇ ਦੱਸਿਆ ਕਿ ਇਹ ਪੰਜਾਬ ਸਰਕਾਰ ਵੱਲੋਂ ਨਵੀਆਂ ਗਾਈਡਲਾਈਨਸ, ਐਸਟੀਐਮ ਦੇ ਹੁਕਮਾਂ ਅਨੁਸਾਰ ਅਗਰ ਕੋਰੋਨਾ ਵਾਇਰਸ ਦੀ ਬਿਮਾਰੀ ਤੋਂ ਛੁਟਕਾਰਾ ਪਾਉਣਾ ਹੈ ਤਾਂ ਇਹਨਾਂ ਨਿਰਦੇਸ਼ਾਂ ਦਾ ਪਾਲਣ ਕਰਨਾ ਹੋਵੇਗਾ। ਜੰਡਿਆਲਾ ਗੁਰੂ ਤੋਂ ਪ੍ਰਗਟ ਸਿੰਘ ਤੇ ਕਵਲਜੀਤ ਸਿੰਘ ਦੀ ਰਿਪੋਰਟ।